अक्सर संगतां जो तुसीं तपोवन टक्की साहिब तो पुरातन विरसे के दर्शन करते रहते हो, पुरातन विरसा पुरातन घर साडा जो पंजाब का ही नहीं देश का दुनिया का पुरातन विरसा, अजकल तुसीं जिहड़ी कणक है उहनू कंबाइनां दे नाल कटाई हुंदी देखदे हो, परंतु इस तो पहला जिहड़ा जदों कंबाइनां नहीं हुंदियां सीगियां उदों थ्रैशरां दे नाल जिहड़ी कणक की कटाई गहाई जिहड़ी की जाती सी, एक तो हुंदी कणक की बिजाई कटाई गहाई तो जिहड़ा है कणक नूं गाउणा जिवें कहिंदे सी गाउणा, थ्रैशरां तो पहलां ड्रमियां हुंदियां सी, ड्रमियां तो पहलां इन्हां दे नाल बलदां दे नाल ही जिहड़ा कणक नूं कट के पहलां तां कणक नूं कट के फिर जिवें तुसीं आ देख रहे हो इस तरह गाह पाया जांदा सी, इस नूं गाह पाउणा कहिंदे ने, ते और सामने जो देख रहे हो फला फला चलदा भी तुसीं देख सकोगे, ते इहदे उत्ते बलद जिहड़े हन चलदे ने, बलदां दे जिहड़े खुर ने पैर ने इन्हां खुरां दे नाल ही जिहड़ी है कणक टुट के जिहड़ी है अलग अलग ਹੁੰਦੀ ਸੀ, ਅਤੇ ਇਹਦੀਆਂ ਬੱਲੀਆਂ ਜਿਹੜੀਆਂ ਕਣਕ ਦੀਆਂ ਜੋ ਇਹ ਜਿਸ ਵਿੱਚ ਦਾਣਾ ਹੁੰਦਾ ਕਣਕ ਦੀਆਂ ਬੱਲੀਆਂ, ਅਤੇ ਇਹਦੇ ਵਿੱਚੋਂ ਅਲੱਗ ਅਲੱਗ ਹੋ ਜਾਂਦਾ ਸੀਗਾ, ਫਿਰ ਉਹਨੂੰ ਹਵਾ ਦੇ ਨਾਲ ਜਿਹੜਾ ਛਾਜਾਂ ਦੇ ਵਿੱਚ ਪਾ ਕੇ ਤੂੜੀ ਅਲੱਗ ਅਤੇ ਕਣਕ ਅਲੱਗ ਜਿਹੜੀ ਉਹ ਕੀਤੀ ਜਾਂਦੀ ਸੀ, ਪਰੰਤੂ ਗਾਹ ਤੋਂ ਬਾਅਦ ਜਾਂ ਫਲਿਆਂ ਤੋਂ ਬਾਅਦ ਜਿਹੜੀਆਂ ਲੋਕਾਂ ਨੇ ਜਿਹੜੀਆਂ ਮਸ਼ੀਨਾਂ ਚੱਲਦੀਆਂ ਨੇ ਟੋਕਾ ਵੱਢਣ ਵਾਲੀਆਂ ਮਸ਼ੀਨਾਂ ਦੇ ਨਾਲ ਇਹ ਕਣਕ ਨੂੰ ਵੱਢ ਕੇ ਜਿਹੜਾ ਉਹਦੇ ਉੱਤੇ ਫਿਰ ਗਾਹ ਪਾ ਕੇ ਥੋੜ੍ਹਾ ਸੌਖਾ ਕੰਮ ਹੋ ਗਿਆ, ਜਾਂ ਫਿਰ ਉਹ ਤੋਂ ਬਾਅਦ ਡਰਮੀਆਂ ਆ ਗਈਆਂ ਵੀ ਨਾਲ ਹਵਾ ਚਲਾ ਤੀ, ਡਰਮੀ ਕਹਿੰਦੇ ਸੀ ਉਸ ਨੂੰ, ਅਤੇ ਨਾਲ ਦੀ ਨਾਲ ਹਵਾ ਵੀ ਉਹ ਮਾਰਦੀ ਸੀ, ਤੂੜੀ ਨੂੰ ਅਲੱਗ ਕਣਕ ਨੂੰ ਅਲੱਗ ਕਰ ਦਿੰਦੀ ਸੀ, ਅਤੇ ਉਹਦੇ ਨਾਲ ਵੀ ਕੁਛ ਸਮਾਂ ਚੱਲਿਆ। ਡਰਮੀਆਂ ਤੋਂ ਬਾਅਦ ਫਿਰ ਥਰੈਸ਼ਰ ਆ ਗਏ, ਅਤੇ ਥਰੈਸ਼ਰ ਜਿਹੜੇ ਹਨ ਡਰਮੀਆਂ ਤੋਂ ਵੱਡੇ ਸੀਗੇ, ਉਹਦੇ ਵਿੱਚ ਕਾਫੀ ਕਾਫੀ ਜਿਹੜਾ ਰੁੱਗ ਲੱਗ ਜਾਂਦਾ ਸੀਗਾ, ਅਤੇ ਉਹ ਕਾਫੀ ਅੱਧਾ ਅੱਧਾ ਭਾਰ ਜਿਹੜਾ ਉਹਨੂੰ ਥਰੈਸ਼ਰ ਲੈ ਕੇ ਕਣਕ ਅਲੱਗ ਅਤੇ ਤੂੜੀ ਅਲੱਗ ਕਰ ਦਿੰਦਾ ਸੀ, ਅਤੇ ਹਵਾ ਜਿਹੜੀ ਹੈ ਉਹ ਤੂੜੀ ਨੂੰ ਅਤੇ ਕਣਕ ਨੂੰ ਅਲੱਗ ਕਰ ਦਿੰਦੀ ਸੀ। ਉਹ ਤੋਂ ਬਾਅਦ ਆ ਗਿਆ ਜ਼ਮਾਨਾ ਜਿਹੜਾ ਕੰਬਾਈਨਾਂ ਦਾ, ਜੋ ਹੁਣ ਤੁਸੀਂ ਦੇਖ ਰਹੇ ਹੋ ਕੰਬਾਈਨ ਦੇ ਨਾਲ, ਅਤੇ ਫਿਰ ਜਿਹੜਾ ਖੜ੍ਹੀ ਖੜ੍ਹੀ ਫਸਲ ਨੂੰ ਜਿਹੜਾ ਕੱਟ ਲਿਆ ਜਾਂਦਾ, ਉਹਨੂੰ ਉਹਦੇ ਭਾਰ ਬੰਨਣ ਦੀ ਲੋੜ ਨਹੀਂ ਪੈਂਦੀ, ਕਟਾਈ ਕਰਨ ਦੀ ਲੋੜ ਨਹੀਂ ਪੈਂਦੀ, ਉਹੀ ਆਪੇ ਮਸ਼ੀਨੀ ਯੁੱਗ ਆ ਗਿਆ, ਮਸ਼ੀਨ ਦੇ ਨਾਲ ਹੀ ਜਿਹੜਾ ਕਣਕ ਦੀ ਆਪਣਾ ਕਟਾਈ ਜਿਹੜੀ ਕੀਤੀ ਜਾਂਦੀ ਹੈ। ਬਿਜਾਈ ਵੀ ਅੱਜ ਕੱਲ੍ਹ ਤਾਂ ਪਹਿਲਾਂ ਹੱਥਾਂ ਦੇ ਨਾਲ ਹੀ ਜਿਹੜਾ ਆਪਣਾ ਹਲ ਦੇ ਪਿੱਛੇ ਪਿੱਛੇ ਆਪਣਾ ਕਣਕ ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈ ਉਹ ਬੀਜੀ ਜਾਂਦੀ ਸੀ, ਜਾਂ ਪੋਰ ਲਾ ਕੇ, ਪੋਰ ਹੁੰਦਾ ਇੱਕ ਜੋ ਤੁਸੀਂ ਪੁਰਾਤਨ ਘਰ ਦੇ ਵਿੱਚ ਜਿਹੜਾ ਕਈ ਵਾਰ ਦੇਖਿਆ ਹੋਣਾ ਵੀ ਉੱਪਰੋਂ ਜਿਹੜਾ ਹੈਗਾ ਉਹ ਬਣਿਆ ਹੋਇਆ ਪਾਈਪ ਦਾ, ਅਤੇ ਉਹਦੇ ਵਿੱਚੋਂ ਦਾਣਾ ਦਾਣਾ ਸੁੱਟਦੇ ਜਾਂਦੇ ਹਾਂ, ਅਤੇ ਉਹ ਜਿਹੜਾ ਹੈ ਜ਼ਮੀਨ ਦੇ ਵਿੱਚ ਤੁਰਿਆ ਚੱਲਿਆ ਜਾਂਦਾ, ਉਹ ਤੋਂ ਬਾਅਦ ਸੁਹਾਗਾ ਫੇਰ ਦਿੰਦੇ ਨੇ, ਦਾਣਾ ਢੱਕਿਆ ਜਾਂਦਾ। ਸੋ ਇਸ ਢੰਗ ਤਰੀਕੇ ਦੇ ਨਾਲ ਜਿਹੜਾ ਕਣਕ ਦੀ ਜਿਹੜੀ ਅਗਾਹੀ ਕੀਤੀ ਜਾਂਦੀ ਸੀ, ਕਣਕ ਦੀ ਕਟਾਈ ਹੱਥੀਂ ਦਾਤੀਆਂ ਦੇ ਨਾਲ ਕਟਾਈ ਕਰਕੇ ਕਣਕ ਦੀ, ਫਿਰ ਇਸ ਨੂੰ ਜਿਹੜਾ ਇਸ ਤਰ੍ਹਾਂ ਪਾ ਕੇ ਗਾਹ ਪਾ ਕੇ, ਅਤੇ ਉੱਪਰ ਆਪਣਾ ਬਲਦ ਚੱਲਦੇ ਨੇ ਜਾਂ ਫਲਾ ਚੱਲਦਾ, ਉਹਦੇ ਨਾਲ ਹੀ ਜਿਹੜਾ ਹੈ ਫਿਰ ਅਲੱਗ ਅਲੱਗ। ਇਹ ਤੁਸੀਂ ਪੁਰਾਤਨ ਵਿਰਸਾ ਤੁਸੀਂ ਦੇਖ ਰਹੇ ਹੋ, ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਉਦੋਂ ਕਣਕ ਦੀ ਫਸਲ ਇੰਨੀ ਵੀ ਨਹੀਂ ਸੀ ਹੁੰਦੀ, ਮਣਾਂ ਦੇ ਹਿਸਾਬ ਨਾਲ ਹੀ ਹੁੰਦੀ ਸੀ, ਅੱਜ ਕੱਲ੍ਹ ਤਾਂ ਕੁਇੰਟਲਾਂ ਦੇ ਹਿਸਾਬ ਨਾਲ ਜਿਹੜੀ ਹੈ ਆਪਣੇ ਕਿੱਲਿਆਂ ਦੇ ਹਿਸਾਬ ਨਾਲ ਜਿਹੜੀ ਹੁੰਦੀ ਹੈ, ਅਤੇ ਮਿੰਟਾਂ ਦੇ ਵਿੱਚ ਹੁੰਦੇ। ਪੁਰਾਤਨ ਵਿਰਸਾ ਕਿ ਸਾਡੇ ਬਜ਼ੁਰਗ ਕਿਵੇਂ ਕੰਮ ਕਰਦੇ ਸੀ, ਪੁਰਾਤਨ ਉਹ ਤੋਂ ਪਹਿਲਾਂ ਜਿਹੜੇ ਹਨ ਕਿਸ ਤਰ੍ਹਾਂ ਜਿਹੜੇ ਫਸਲਾਂ ਦੀ ਕਟਾਈ ਹੁੰਦੀ ਸੀ, ਕਿਸ ਤਰ੍ਹਾਂ ਬਿਜਾਈ ਹੁੰਦੀ ਸੀ, ਅੱਜ ਕੱਲ੍ਹ ਇਹ ਜ਼ਮਾਨਾ ਰਿਹਾ। ਤਪੋਵਨ ਟੱਕੀ ਸਾਹਿਬ ਜੋ ਇੱਕ ਬਹੁਤ ਹੀ ਜਿਹੜਾ ਯੁੱਗਾਂ ਦਾ ਪੁਰਾਤਨ ਅਸਥਾਨ ਹੈ, ਜਿਹਦੇ ਵਿੱਚ ਅਜੇ ਵੀ ਇਹ ਚੀਜ਼ਾਂ ਦੀ ਵਰਤੋਂ ਹੁੰਦੀ ਹੈ, ਅਤੇ ਪੁਰਾਤਨ ਵਿਰਸੇ ਤੁਸੀਂ ਦੇਖ ਸਕਦੇ ਹੋ, ਹਾਥੀ ਦੇ ਨਾਲ ਹਲ ਚੱਲਦਾ ਤੁਸੀਂ ਦੇਖਿਆ, ਹਾਥੀ ਦੇ ਨਾਲ ਹੀ ਜਿਹੜਾ ਆਪਣਾ ਸੁਹਾਗਾ ਫਿਰਦਾ ਤੁਸੀਂ ਦੇਖਿਆ, ਊਠ ਦੇ ਨਾਲ ਜਿਹੜਾ ਹੈਗਾ ਹਲ ਚੱਲਦਾ ਤੁਸੀਂ ਦੇਖਿਆ, ਬਲਦਾਂ ਦੇ ਨਾਲ ਹਲ ਚੱਲਦੇ ਤੁਸੀਂ ਦੇਖੇ ਹੈ, ਸੁਹਾਗਾ ਫਿਰਦਾ, ਘਿਰਲਾ ਫਿਰਦਾ, ਘਿਰਲੀ ਹੁੰਦੀ ਹੈ ਜਿਹੜੀ ਉਹ ਜੋ ਮਿੱਟੀ ਦੇ ਡਲੇ ਹੁੰਦੇ ਨੇ ਉਹਨਾਂ ਨੂੰ ਜਿਹੜੀ ਪੱਧਰ ਕਰ ਦਿੰਦੀ ਹੈ, ਤੋੜ ਦਿੰਦੀ ਹੈ, ਸੁਹਾਗਾ ਜਿਹੜਾ ਪੱਧਰ ਕਰ ਦਿੰਦਾ। ਇਸ ਤਰ੍ਹਾਂ ਤੁਸੀਂ ਪੁਰਾਤਨ ਵਿਰਸੇ ਦੇ ਜਿਹੜੇ ਹਨ ਦਰਸ਼ਨ ਤਪੋਵਨ ਟੱਕੀ ਸਾਹਿਬ ਤੋਂ ਕਰਦੇ ਹੋ। ਅੱਜ ਤੁਸੀਂ ਜੋ ਇਹ ਦੇਖ ਰਹੇ ਹੋ ਇਹ ਜਿਹੜਾ ਹੈ ਕਣਕ ਦੇ ਵਿੱਚੋਂ ਜਿਹੜਾ ਹੈ ਤੂੜੀ ਅਤੇ ਕਣਕ ਕਿਵੇਂ ਅਲੱਗ ਹੁੰਦੀ, ਦੇਖੋ ਇਹਨਾਂ ਦੇ ਪੈਰਾਂ ਦੇ ਨਾਲ ਹੀ ਜਿਹੜਾ ਹੈ ਇਹ ਗਾਹ ਪਾ ਕੇ, ਇਸਨੂੰ ਗਾਹ ਪਾਉਣਾ ਕਹਿੰਦੇ ਸੀ, ਇਹਦੇ ਨਾਲ ਹੀ ਜਿਹੜਾ ਇਹ ਆਪਣਾ ਅਲੱਗ ਅਲੱਗ ਇਸ ਢੰਗ ਤਰੀਕੇ ਦੇ ਨਾਲ ਹੀ ਸਾਡੇ ਜਿਹੜੇ ਹਨ ਬਜ਼ੁਰਗ ਸਨ ਪੁਰਾਤਨ ਜਿਹੜੇ ਹਨ ਅੱਜ ਤੋਂ 50-60 ਸਾਲ ਪਹਿਲਾਂ
ਜਿਹੜੇ ਹਨ 50 ਸਾਲ ਪਹਿਲਾਂ ਲਾ ਲਓ 40 ਤੋਂ ਵੀ 50 ਸਾਲ ਪਹਿਲਾਂ ਜਿਹੜਾ ਗਹਾਈ ਜਿਹੜੀ ਹੈ ਕਣਕ ਦੀ ਇਸ ਤਰ੍ਹਾਂ ਕੀਤੀ ਜਾਂਦੀ ਸੀ ਅਤੇ ਤੂੜੀ ਅਤੇ ਜਿਹੜੇ ਕਣਕ ਅਲੱਗ ਕੀਤੀ ਜਾਂਦੀ ਸੀ ਇਸ ਤਰ੍ਹਾਂ ਮਿਹਨਤ ਕਰਕੇ ਜਿਹੜਾ ਆਪਣਾ ਕਮਾਇਆ ਜਾਂਦਾ ਸੀ ਇਸ ਕਰਕੇ ਖੇਤੀ ਨੂੰ ਜਿਹੜਾ ਹੈ ਉੱਤਮ ਖੇਤੀ ਕਿਹਾ ਜਾਂਦਾ ਸੀ ਇਹਦੇ ਨਾਲ ਆਪਣਾ ਪੂਰੀ ਮਿਹਨਤ ਦੇ ਨਾਲ ਹੱਥੀਂ ਮਿਹਨਤ ਜਿਹੜੀ ਇਸ ਨੂੰ ਕਹਿੰਦੇ ਨੇ ਹੱਥੀਂ ਮਿਹਨਤ ਹੁੰਦੀ ਸੀ ਕਿ ਹੱਥੀਂ ਜਿਹੜਾ ਬੀਜਣਾ ਵਾਹੁਣਾ ਖੇਤ ਨੂੰ ਰੌਣੀ ਕਰਨੀ ਪਾਣੀ ਦੇਣਾ ਵੱਤਰ ਦੇਖਣਾ ਫਿਰ ਉਹਦੇ ਵਿੱਚ ਆਪਣਾ ਬੀਜ ਸੁੱਟਣਾ ਜਿਵੇਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਹੈ ਖੇਤੀ ਕੀਤੀ ਹੈ ਆਪਣੇ ਹੱਥੀਂ ਖੇਤੀ ਕੀਤੀ ਹੈ ਅਤੇ ਆਪਣਾ ਇਸ ਨੂੰ ਖੇਤੀ ਕਿਰਸਾਨੀ ਉੱਤਮ ਖੇਤੀ ਜਿਸ ਨੂੰ ਕਿਹਾ ਜਾਂਦਾ ਹੈ ਮਨ ਹਾਰੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਆਗਾ ਰੱਖ ਗਰੀਬੀ ਵੇਸ ਇਹ ਜਿਹੜੀ ਹੈ ਗੁਰੂ ਮਹਾਰਾਜ ਨੇ ਆਤਮਕ ਖੇਤੀ ਬਾਰੇ ਉਚਾਰਨ ਕੀਤੇ ਨੇ ਸ਼ਬਦ ਰੂਹਾਨੀ ਖੇਤੀ ਕਿ ਸਾਨੂੰ ਉਹ ਵੀ ਜ਼ਰੂਰੀ ਹੈ ਕਿ ਨਾਮ ਨੂੰ ਬੀਜਣਾ ਹੈ ਮਨ ਨੂੰ ਹੌਲੀ ਬਣਾਉਣਾ ਹੈ ਸਰਮ ਪਾਣੀ ਤਨ ਖੇਤ ਨਾਮ ਬੀਜ ਨਾਮ ਦਾ ਬੀਜ ਬੀਜਣਾ ਸੰਤੋਖ ਸੁਆਗਾ ਸੰਤੋਖ ਦਾ ਸੁਆਗਾ ਫੇਰਨਾ ਅਤੇ ਇਹ ਗੁਰਬਾਣੀ ਨੂੰ ਅਸੀਂ ਤਾਂ ਹੀ ਸਮਝ ਸਕਾਂਗੇ ਜੇ ਹਾਲੀ ਕੌਣ ਹੁੰਦਾ ਹਲ ਨੂੰ ਚਲਾਉਣ ਵਾਲਾ ਹਾਲੀ ਮਨ ਹਾਲੀ ਕਿਰਸਾਨੀ ਕਰਨੀ ਕਿਰਸਾਨੀ ਖੇਤੀ ਐਗਰੀਕਲਚਰ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਜਿਹੜਾ ਉਸਨੂੰ ਪਾਣੀ ਦਿੱਤਾ ਜਾਂਦਾ ਖੇਤ ਨੂੰ ਤਨ ਖੇਤ ਤਨ ਰੂਪੀ ਜਿਹੜਾ ਖੇਤ ਹੈ ਨਾਮ ਬੀਜ ਨਾਮ ਦਾ ਬੀਜ ਬੀਜਣਾ ਸੰਤੋਖ ਸੁਹਾਗਾ ਸੰਤੋਖ ਦਾ ਸੁਹਾਗਾ ਜੋ ਤੁਸੀਂ ਪੁਰਾਤਨ ਘਰ ਦੇ ਵਿੱਚ ਜਾਂ ਚੱਲਦਾ ਹੋਇਆ ਆਪਣਾ ਤਪੋਵਨ ਦੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਉਸਨੂੰ ਸੁਹਾਗਾ ਕੀ ਚੀਜ਼ ਹੁੰਦੀ ਹੈ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਅਤੇ ਗਰੀਬੀ ਵੇਸ ਜਿਹੜੇ ਨਿਮਰਤਾ ਭਾਵ ਧਾਰਨਾ ਜਿਹੜੀ ਹੈ ਧਾਰਨ ਕਰਨੀ ਸੋ ਇਹ ਪੁਰਾਤਨ ਵਿਰਸੇ ਦੇ ਜਿਹੜੇ ਆਦਰਸ਼ਨ ਤੋਂ ਟੱਕੀ ਸਾਹਿਬ ਹੁੰਦੇ ਨੇ ਅਜੇ ਵੀ ਜਿਹੜੇ ਹਨ ਇਹ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਸੋ ਅੱਜ ਇਹ ਬਹੁਤ ਪੁਰਾਤਨ ਜਿਹੜਾ ਇਹ ਵਿਰਸਾ ਤੁਸੀਂ ਦੇਖ ਰਹੇ ਹੋ ਕਿ ਕੰਬਾਈਨਾਂ ਤੋਂ ਪਹਿਲਾਂ ਥਰੈਸ਼ਰਾਂ ਤੋਂ ਵੀ ਪਹਿਲਾਂ ਡਰੰਮੀਆਂ ਤੋਂ ਵੀ ਪਹਿਲਾਂ ਜਿਹੜਾ ਹੈਗਾ ਕਿਵੇਂ ਕਣਕ ਨੂੰ ਜਿਹੜਾ ਗਾਹਿਆ ਜਾਂਦਾ ਸੀ ਅਤੇ ਉਹਦੇ ਵਿੱਚ ਦਾਣੇ ਤੂੜੀ ਅਲੱਗ ਕੀਤਾ ਜਾਂਦਾ ਸੀ ਸੋ ਅੱਜ ਜਿਹੜੀ ਹੈ ਕਿਰਸਾਨ ਅਤੇ ਕਿਰਸਾਨੀ ਅਤੇ ਕਾਫੀ ਜਿਹੜਾ ਹੈਗਾ ਸੰਘਰਸ਼ ਚੱਲ ਰਿਹਾ ਅਤੇ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਟਿੱਕਰੀ ਬਾਰਡਰ ਅਜੇ ਵੀ ਜਿਹੜਾ ਕਿਸਾਨ ਬੈਠੇ ਨੇ ਖੇਤੀ ਵਾਸਤੇ ਕਿ ਜਿਹੜੀ ਹੈ ਕਿਰਸਾਨੀ ਦਾ ਜਿਹੜਾ ਕਿੱਤਾ ਹੈ ਇਹ ਪੂੰਜੀਵਾਦੀ ਲੋਕਾਂ ਦੇ ਹੱਥਾਂ ਦੇ ਵਿੱਚ ਨਾ ਜਾਵੇ ਕਿ ਸਾਡੇ ਹੱਥਾਂ ਦੇ ਵਿੱਚ ਰਹੇ ਜ਼ਮੀਨਾਂ ਜਿਹੜੀਆਂ ਹਨ ਕਿਰਸਾਨਾਂ ਦੇ ਕੋਲ ਬਚ ਜਾਣ ਅਤੇ ਵੱਡੀਆਂ ਫਰਮਾਂ ਦੇ ਕੋਲ ਪੂੰਜੀਵਾਦੀ ਲੋਕਾਂ ਦੇ ਕੋਲ ਹੀ ਜਿਹੜਾ ਇਹ ਨਾ ਕੀਤਾ ਜਾਵੇ ਅਤੇ ਇਸ ਕਰਕੇ ਕਿਸਾਨ ਆਪਣਾ ਸੰਘਰਸ਼ ਕਰ ਰਹੇ ਨੇ ਅਤੇ ਪਰਮਾਤਮਾ ਕਰੇ ਸੰਘਰਸ਼ ਵਿੱਚ ਸਫਲਤਾ ਹੋਵੇ ਅਤੇ ਕਿਰਸਾਨਾਂ ਦੀ ਜਿਹੜੀ ਹੈ ਇਹ ਮੰਗਾਂ ਜਿਹੜੀਆਂ ਹਨ ਉਹ ਮੰਨ ਲੈਣ ਅਤੇ ਦਿੱਲੀ ਸਰਕਾਰ ਜੋ ਤਿੰਨ ਜਿਹੜੇ ਕਾਨੂੰਨ ਉਹਨਾਂ ਨੇ ਪਾਸ ਕੀਤੇ ਨੇ ਜੋ ਜਿਸ ਨੂੰ ਕਿਸਾਨ ਜਿਹੜੇ ਆਪਣੇ ਹਿੱਤ ਦੇ ਵਿੱਚ ਨਹੀਂ ਸਮਝਦੇ ਕਿ ਸਾਡੇ ਇਹ ਕਿਰਸਾਨੀ ਦੇ ਖੇਤੀਪੱਤੀ ਦੇ ਹਿੱਤ ਦੇ ਵਿੱਚ ਨਹੀਂ ਹਨ ਇਹ ਪੂੰਜੀਵਾਦੀ ਲੋਕਾਂ ਦੇ ਹਿੱਤ ਦੇ ਵਿੱਚ ਹਨ ਇਸ ਕਰਕੇ ਉਹ ਆਪਣਾ ਸੰਘਰਸ਼ ਕਰ ਰਹੇ ਨੇ ਅਜੇ ਤੱਕ ਵੀ ਕਿੰਨੇ ਮਹੀਨੇ ਬੀਤ ਗਏ ਨੇ ਪਰੰਤੂ ਅਜੇ ਸਰਕਾਰ ਨੇ ਕੁਛ ਵੀ ਜਿਹੜਾ ਇਸ ਦੇ ਲਈ ਹੱਲ ਦੇ ਲਈ ਨਹੀਂ ਕੀਤਾ ਸੋ ਪਰਮਾਤਮਾ ਕਰੇ ਅਤੇ ਇਹ ਕਿਰਸਾਨੀ ਦਾ ਜਿਹੜਾ ਆਪਣਾ ਕਿੱਤਾ ਹੈ ਹੋਰ ਆਪਣਾ ਵਧੇ ਫੁੱਲੇ ਤਰੱਕੀ ਕਰੇ ਇਹ ਪੰਜਾਬ ਹਰਿਆਣਾ ਰਾਜਸਥਾਨ ਸਾਰਾ ਹੀ ਜਿਹੜਾ ਦੇਸ਼ ਹੈ ਸੋ ਇਸ ਕਰਕੇ ਇਹ ਤੁਸੀਂ ਪੁਰਾਤਨ ਵਿਰਸੇ ਦੇ ਜਿਹੜੇ ਦਰਸ਼ਨ ਕਰ ਰਹੇ ਹੋ ਜਿਵੇਂ ਕਿ ਕਿਵੇਂ ਜਿਹੜਾ ਹੈਗਾ ਕੰਬਾਈਨਾਂ ਤੋਂ ਪਹਿਲਾਂ ਕਿਉਂਕਿ ਜਿਹੜੇ ਹੁਣ ਦੇ ਆਪਣਾ ਬੱਚੇ ਨੇ ਜ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਹੈ ਗੁਰਬਾਣੀ ਦੇ ਵਿੱਚ ਪਰੰਤੂ ਪ੍ਰਮਾਣ ਦਿੱਤੇ ਗਏ ਨੇ ਗੁਰਬਾਣੀ ਦੇ ਵਿੱਚ ਪੁਰਾਤਨ ਜਿਹੜੇ ਸੰਦ ਹੁੰਦੇ ਸੀ ਜਿਵੇਂ ਆਪਣਾ ਆਸਾ ਦੀ ਵਾਰ ਕੋਲੂ ਚਰਕਾ ਚੱਕੀ ਥਲ ਵਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਪੰਖੀ ਪਾਉਂਦੀਆਂ ਲੈ ਨਸਾ ਸੂਆ ਝਾੜ ਪਵਾਇਆ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਅਤੇ ਵੀ ਉਹ ਕੀ ਚੀਜ਼ਾਂ ਸੀ ਗੁਰਬਾਣੀ ਦੇ ਵਿੱਚ ਪ੍ਰਮਾਣ ਨੇ ਜੇ ਸਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਹੋਊਗਾ ਤਾਂ ਅਸੀਂ ਫਿਰ ਕਿਵੇਂ ਸਮਝਾਂਗੇ ਉਹਨਾਂ ਚੀਜ਼ਾਂ ਦੇ ਸਾਡੇ ਸਾਹਮਣੇ ਉਸਦੀ ਫੋਟੋ ਹੋਵੇਗੀ ਸੋ ਇਸ ਕਰਕੇ ਤਪੋਵਨ ਟੱਕੀ ਸਾਹਿਬ ਲੁਧਿਆਣਾ ਪੰਜਾਬ ਗੁਰਦੁਆਰਾ ਤਪੋਵਨ ਟੱਕੀ ਸਾਹਿਬ ਤੋਂ ਜਿੱਥੇ ਇੱਕ ਗਹਿਬਰ ਬਾਣ ਨਿਰੰਜਨ ਬਾਣ ਆਪਣਾ ਜੰਗਲ ਹੈ ਜਿੱਥੇ ਪਰਮਾਤਮਾ ਦੀ ਭਗਤੀ ਹੈ ਪਰਮਾਤਮਾ ਦਾ ਸਿਮਰਨ ਹੈ ਅਤੇ ਗੁਰੂ ਮਹਾਰਾਜ ਜੀਆਂ ਦਾ ਅਤੇ ਸਾਡੇ ਅਵਤਾਰ ਪੁਰਖਾਂ ਦਾ ਸੱਤ ਪੁਰਸ਼ਾਂ ਦਾ ਧਾਰਮਿਕ ਸਥਾਨਾਂ ਦਾ ਸਾਧੂ ਉਪਦੇਸ਼ ਹੈ ਸਾਰੇ ਧਰਮਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੀਤਾ ਮਹਾਂਭਾਰਤ ਰਮਾਇਣ ਬਾਈਬਲ ਕੁਰਾਨ ਸ਼ਰੀਫ ਹਜ਼ਰਤ ਮੁਹੰਮਦ ਸਾਹਿਬ ਸੋ ਸਾਰੇ ਮਹਾਂਪੁਰਸ਼ਾਂ ਦਾ ਅਤੇ ਅਵਤਾਰਾਂ ਦਾ ਜਿਹੜਾ ਹੈ ਉਪਦੇਸ਼ ਹੈ ਭਗਤੀ ਹੈ ਪਰਮਾਤਮਾ ਦੀ ਪਰਮੇਸ਼ਰ ਦੀ ਅਤੇ ਉੱਥੇ ਨਾਲ ਦੀ ਨਾਲ ਸੱਚੀ ਕਿਰਤ ਵੀ ਹੈ ਕਿ ਸੱਚੀ ਸੱਚੀ ਕੁਰਤ ਕਿਵੇਂ ਕੀਤੀ ਜਾਂਦੀ ਹੈ ਪੁਰਾਤਨ ਵਿਰਸੇ ਨੂੰ ਜਿਹੜਾ ਕਿ ਉਹ ਕਿਵੇਂ ਅਸੀਂ ਜਿਹੜਾ ਦੇਖ ਸਕਦੇ ਹਾਂ ਕਿਵੇਂ ਯਾਦ ਕਰ ਸਕਦੇ ਹਾਂ ਅੱਖੀਂ ਕਿਵੇਂ ਦੇਖ ਸਕਦੇ ਹਾਂ ਅਸੀਂ ਫੋਟੋ ਤਾਂ ਅਸੀਂ ਦੇਖ ਸਕਦੇ ਹਾਂ ਨੈੱਟ 'ਤੇ ਦੇਖ ਸਕਦੇ ਹਾਂ ਪਰੰਤੂ ਉਸ ਨੂੰ ਵਰਤਦਾ ਆਵੇ ਖੂਹ ਕਿਵੇਂ ਚੱਲਦਾ ਹਲਟ ਕਿਵੇਂ ਚੱਲਦਾ
ਅਤੇ ਹਲ ਕਿਵੇਂ ਵਾਹਿਆ ਜਾਂਦਾ ਸੀ, ਬਲਦਾਂ ਦੇ ਨਾਲ ਹਲ ਕਿਵੇਂ ਵਾਹਿਆ ਜਾਂਦੀ ਸੀ, ਤਪੋਵਨ ਢੱਕੀ ਸਾਹਿਬ ਦੇ ਵਿੱਚ ਪ੍ਰਤੱਖ ਦੇਖਿਆ ਜਾਂਦਾ ਅਤੇ ਇਹ ਇੱਥੇ ਕਿਉਂਕਿ ਖੂਹ ਲੱਗਿਆ ਹੋਇਆ ਅਤੇ ਬਲਦਾਂ ਦੇ ਨਾਲ ਜਿਹੜਾ ਹੈ ਹਲਟ ਵੀ ਚੱਲਦਾ, ਖੂਹ ਵੀ ਚੱਲਦਾ ਅਤੇ ਹਾਥੀ ਦੇ ਨਾਲ ਵੀ ਜਿਹੜਾ ਆਪਣਾ ਖੂਹ ਚੱਲਦਾ, ਹਲਟ ਚੱਲਦਾ, ਹਲ ਚੱਲਦਾ। ਇਸ ਤਰ੍ਹਾਂ ਹੀ ਕੈਮਲ ਊਠਾਂ ਦੇ ਨਾਲ ਜਿਹੜਾ ਹਲ ਚੱਲਦਾ, ਸੁਹਾਗਾ ਫਿਰਦਾ, ਜਿਹੜਾ ਇਹ ਦੇਖਿਆ ਜਾਂਦਾ। ਅਤੇ ਬੀਜ ਕਿਵੇਂ ਜਿਹੜਾ ਬੀਜਿਆ ਜਾਂਦਾ, ਕਿਵੇਂ ਪੋਰਿਆ ਜਾਂਦਾ, ਕਿਵੇਂ ਸੁਹਾਗਾ ਫੇਰਿਆ ਜਾਂਦਾ। ਅਤੇ ਤਵੀਆਂ ਵਾਲਾ ਹਲ ਆਇਆ ਸੀ ਫਿਰ, ਅਤੇ ਉਹਦੇ ਨਾਲ ਅਤੇ ਤਵੀਆਂ ਦੇ ਨਾਲ ਕਿਵੇਂ ਵਾਹਿਆ ਜਾਂਦਾ ਸੀਗਾ। ਸੋ ਇਸ ਕਰਕੇ ਪੁਰਾਤਨ ਵਿਰਸੇ ਦੇ ਅੱਜ ਤੁਸੀਂ ਇਹ ਦਰਸ਼ਨ ਕਰ ਰਹੇ ਹੋ, ਅਤੇ ਜੋ ਵੀ ਪੁਰਾਣੇ ਜਿਹੜਾ ਹੈਗਾ ਕਿ ਕਿਵੇਂ ਸਾਡੇ ਬਜ਼ੁਰਗ ਜਿਹੜੇ ਹਨ ਕਿੰਨੀ ਸਵੇਰ ਵੇਲੇ ਤੋਂ ਜਿਹੜੀ ਮਿਹਨਤ ਕਰਦੇ ਸੀ ਉਹ, ਸੋ ਇਹ ਕਿਵੇਂ ਬਲਦਾਂ ਦੇ ਨਾਲ ਬੀਜਦੇ ਸੀਗੇ, ਕਿਵੇਂ ਜਿਹੜਾ ਪਾਣੀ ਦਿੱਤਾ ਜਾਂਦਾ ਸੀਗਾ, ਅਤੇ ਫਿਰ ਕਿਵੇਂ ਜਿਹੜਾ ਫਸਲ ਨੂੰ ਵੱਢ ਕੇ ਕਟਾਈ ਕਰਕੇ ਕਣਕ ਦੀ ਉਸ ਨੂੰ ਫਿਰ ਜਿਹੜਾ ਗਾਹ ਪਾ ਕੇ ਜਿਹੜਾ ਕਣਕ ਅਤੇ ਤੂੜੀ ਅਲੱਗ ਅਲੱਗ ਜਿਹੜੀ ਕੀਤੀ ਜਾਂਦੀ ਸੀ। ਉਹ ਤੋਂ ਤਪੋਵਨ ਢੱਕੀ ਸਾਹਿਬ ਤੋਂ ਇਹ ਪੁਰਾਤਨ ਵਿਰਸਾ ਤੁਸੀਂ ਅੱਜ ਇਹ ਦੇਖ ਰਹੇ ਹੋ।